ਮਾਨ ਸਾਹਿਬ ਦੀ ਜਿਹੜੀ ਨਾ ਜੀ ਸਭ ਤੋਂ ਵੱਡੀ ਚੀਜ਼ ਮੈਂ ਜ਼ਿੰਦਗੀ 'ਚ ਦੇਖੀ ਹੈ ਜਿਹੜਾ ਕਿ ਮੇਰੇ 'ਚ ਬਹੁਤ ਵੱਡਾ ਔਕਣ ਹੋ ਸਕਦਾ ਕਿ ਉਹ ਆਪ ਤੋਂ ਛੋਟੇ ਨੂੰ ਵੀ ਸਰਦਾਰ ਜੀ ਕਹਿ ਕੇ ਬੁਲਾਉਂਦੇ ਸੀ। ਤੁਸੀਂ ਵੀ ਰਾਜਨੀਤੀ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਉਂਗਲ ਫੜ ਕੇ ਸਿੱਖੀ ਹੋਣੀ ਹੈ, ਕੀ ਸਾਰੀਆਂ ਜਿਹੜੀਆਂ ਕਿੱਸੇ ਹੈ, ਕੀ ਆ ਸਾਰੀਆਂ ਗੱਲਾਂ ਸਾਂਝੀਆਂ ਜ਼ਰੂਰ ਕਰੋ ਦੱਸ। ਅਸੀਂ ਜਦੋਂ ਸੁਰਤ ਸੰਭਾਲੀ ਹੈ ਸਾਡੇ ਬਾਬਾ ਜੀ ਮੇਰੇ ਸਰਦਾਰ ਜਗਰਾਜ ਸਿੰਘ ਸਾਬਕਾ ਸਰਪੰਚ, ਉਹਨਾਂ ਦਾ ਬਾਦਲ ਸਾਹਿਬ ਨਾਲ ਬੜਾ ਪਿਆਰ ਸੀਗਾ ਤੇ ਉਹਨਾਂ ਸਮਿਆਂ 'ਚੋਂ ਤਿਹਾੜ ਜੇਲ੍ਹ ਵੀ ਉਹਨਾਂ ਨੇ ਬਾਦਲ ਸਾਹਿਬ ਨਾਲ ਕੱਟੀ। ਤੁਸੀਂ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ ਸੀ ਕਿ 3 ਕਿਲੋ ਇਕੱਠਾ ਹੀ ਦੁੱਧ ਪਿਆਦਾ ਸੀ ਬਾਦਲ ਸਾਹਿਬ ਨੇ। ਉਹ ਗੱਲ ਇੱਦਾਂ ਸੀ ਵੀ ਮਤਲਬ ਦੁੱਧ ਘਰੋਂ ਆ ਗਿਆ ਤੇ ਉਹ ਕੇਤਲੀਆਂ ਹੁੰਦੀਆਂ ਸੀ, ਵੱਡੀ ਗੜਵੀ ਸੀ ਉਹ 2-2.5 ਕਿਲੋ ਦੀ, ਤੇ ਉਹ ਜਿਵੇਂ ਗਲਾਸ ਵੱਡੇ ਸੀ ਉਹ ਭਰਤਾ ਬਾਦਸ਼ਾਹ ਨੂੰ, ਉਹ ਪੀ ਲਿਆ ਫਿਰ ਭਰਤਾ। ਉਹ ਕਹਿੰਦੇ ਬਸ ਜੀ, ਉਹਨਾਂ ਨੇ ਫਿਰ ਕੋਈ ਲੋ ਜੀ ਥੋੜ੍ਹਾ ਜਿਹਾ ਤਾਂ ਹੈਗਾ, ਚੱਕ ਕੇ ਉਹ ਸਾਰਾ ਹੀ ਪਿਆਤਾ ਮੇਰੇ ਬਾਬਾ ਜੀ ਨੇ। ਤੇ ਉਹ ਬਾਅਦ 'ਚੋਂ ਗੱਲਾਂ ਕਿਤੇ ਗੱਲ ਹੋਈ ਸੀ ਬਜ਼ੁਰਗਾਂ ਤੋਂ, ਮੈਂ ਸੁਣੀ ਕਹਿੰਦੇ ਐਡੀ ਸੀ ਬਜ਼ੁਰਗਾਂ ਦਾ, ਤੁਸੀਂ ਬਾਦਲ ਸਾਹਿਬ ਨੂੰ ਕਿ ਪਿਉਣ ਵਾਲੀ ਕਸਰ, ਉਹਨਾਂ ਨੇ ਪੀਣ ਵਾਲੀ ਕਸਰ ਨਹੀਂ ਛੱਡੀ। ਸੋ ਉਹਨਾਂ ਦਾ ਜੇ ਕਿਸੇ ਨੇ ਚਾਹ ਪਿਆਤੀ ਅਗਲੇ ਘਰੇ ਜਾ ਕੇ ਉਹਨਾਂ ਨੂੰ ਬਾਦਲ ਸਾਹਿਬ ਲੱਸੀ ਲਓ, ਉਹਨਾਂ ਨੇ ਉਹ ਪੀ ਲੈਣੀ, ਅੱਗੇ ਗਏ ਦੁੱਧ ਪਿਆਦਾ ਉਹਨਾਂ ਨੇ ਪੀ ਲੈਣਾ, ਮਤਲਬ ਉਹ ਨਾ ਨਹੀਂ ਕਰਦੇ ਸੀ। ਯਾਨੀ ਕਿ ਤੁਸੀਂ ਵੀ ਨਿੱਕੇ ਹੁੰਦਿਆਂ ਤੋਂ ਉਹਨਾਂ ਦੇ ਨਾਲ, ਜਿਹੜਾ ਮੈਂ ਬਜ਼ੁਰਗਾਂ ਨਾਲ ਆਪਦੇ ਨਾਲ ਜਾਂਦਾ ਰਹਿੰਦਾ ਸੀ, ਦਿਨ ਯਾਦ ਆਉਂਦੇ ਆ। ਹਾਂ, ਮੈਨੂੰ ਇੱਕ ਵਾਰ ਯਾਦ ਆ, ਅਸੀਂ ਗਏ ਕੰਮ ਕੋਠੀ 9 ਸੈਕਟਰ 256 ਨੰਬਰ, ਸਾਰਾ ਸਾਡੇ ਨਾਲ 2 ਜਣੇ ਹੋਰ ਸੀ, ਕਰਾ ਕੇ ਸ਼ਾਮ ਜਾ ਹੋ ਗਿਆ ਤੇ ਉਹ ਫੋਨ ਕਰਵਾਇਆ, ਮੈਨੂੰ ਚੇਤਾ ਨਹੀਂ ਬਜ਼ੁਰਗਾਂ ਨੇ ਕਹਿੰਦਾ ਕੰਮ ਸੀ ਕਰਵਾ ਕੇ ਤੇ ਨਿਕਲੇ। ਸਰਪੰਚ ਸਾਹਿਬ ਰਹਿਣ ਦਾ ਕੀ ਪ੍ਰਬੰਧ ਹੈ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ ਤਾਂ ਉਹਨਾਂ ਦੀਆਂ ਯਾਦਾਂ ਤਾਂ ਉਹਨਾਂ ਦੇ ਅਣਸੁਣੇ ਕਿੱਸੇ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਰਹੇ ਨੇ। ਜਿਹੜੇ ਲੋਕਾਂ ਨੇ ਉਹਨਾਂ ਦੇ ਨਾਲ ਜਿੰਨਾ ਵੀ ਟਾਈਮ ਕੱਢਿਆ, ਉਹਨਾਂ ਦੇ ਨਾਲ ਉਹਨਾਂ ਦਾ ਹੱਥ ਫੜ ਕੇ ਤੁਰੇ ਨੇ, ਉਹਨਾਂ ਤੋਂ ਸਿਆਸਤ ਸਿੱਖੀ ਹੈ, ਤਾਂ ਅੱਜ ਵੀ ਉਹ ਉਹਨਾਂ ਨੂੰ ਯਾਦ ਕਰਦੇ ਨੇ। ਅਤੇ ਅੱਜ ਗੱਲਬਾਤ ਕਰਾਂਗੇ ਫਰੀਦਕੋਟ ਦੇ ਇੱਕ ਅਜਿਹੇ ਸ਼ਖਸ ਦੀ ਜਿਨ੍ਹਾਂ ਦਾ ਸਾਰਾ ਪਰਿਵਾਰ ਜਿਹੜਾ ਇਸ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜਿਹੜੇ ਸਾਬਕਾ ਨੇ ਉਹਨਾਂ ਦੇ ਨਾਲ ਉਹਨਾਂ ਨੇ ਜਿਹੜੀ ਰਾਜਨੀਤੀ ਕੀਤੀ ਹੈ, ਲਗਾਤਾਰ ਉਹਨਾਂ ਦੇ ਨਾਲ ਰਹੇ ਨੇ। ਅਤੇ ਫਰੀਦਕੋਟ ਦਾ ਕਸਬਾ ਸਾਦਕ, ਉੱਥੋਂ ਦੇ ਨੇ ਬਰਜਿੰਦਰ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਨੇ, ਸੀਨੀਅਰ ਅਕਾਲੀ ਲੀਡਰ ਨੇ, ਤਾਂ ਉਹਨਾਂ ਦੇ ਦਾਦਾ ਜੀ ਆ ਜਿਹੜੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਆ। ਜਦੋਂ ਉਹਨਾਂ ਦਾ ਸੰਘਰਸ਼ ਚੱਲਦਾ ਸੀਗਾ ਅਕਾਲੀ ਦਲ ਨੂੰ ਲੈ ਕੇ ਤਾਂ ਉਹਨਾਂ ਦੇ ਨਾਲ ਜੇਲ੍ਹਾਂ ਵੀ ਉਹਨਾਂ ਨੇ ਕੱਟੀਆਂ। ਤਾਂ ਬਰਜਿੰਦਰ ਸਿੰਘ ਸਾਡੇ ਨਾਲ ਗੱਲਬਾਤ ਕਰਦੇ ਆ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਈ। ਬਲਜਿੰਦਰ ਜੀ, ਜਿਵੇਂ ਮੈਂ ਕਿਹਾ ਕਿ ਤੁਹਾਡਾ ਸਾਰਾ ਪਰਿਵਾਰ ਪਹਿਲੇ ਦਿਨ ਹੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜਾ ਰਿਹਾ, ਤੁਸੀਂ ਵੀ ਰਾਜਨੀਤੀ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਉਂਗਲ ਫੜ ਕੇ ਸਿੱਖੀ ਹੋਣੀ ਹੈ, ਕੀ ਸਾਰੀਆਂ ਜਿਹੜੀਆਂ ਕਿੱਸੇ ਹੈ, ਕੀ ਆ ਸਾਰੀਆਂ ਗੱਲਾਂ ਸਾਂਝੀਆਂ ਜ਼ਰੂਰ ਕਰੋ ਦੱਸ। ਅਸੀਂ ਜਦੋਂ ਸੁਰਤ ਸੰਭਾਲੀ ਹੈ ਸਾਡੇ ਬਾਬਾ ਜੀ ਮੇਰੇ ਸਰਦਾਰ ਜਗਰਾਜ ਸਿੰਘ ਸਾਬਕਾ ਸਰਪੰਚ, ਉਹਨਾਂ ਦਾ ਬਾਦਲ ਸਾਹਿਬ ਨਾਲ ਬੜਾ ਪਿਆਰ ਸੀਗਾ ਤੇ ਉਹਨਾਂ ਸਮਿਆਂ 'ਚੋਂ ਤਿਹਾੜ ਜੇਲ੍ਹ ਵੀ ਉਹਨਾਂ ਨੇ ਬਾਦਲ ਸਾਹਿਬ ਨਾਲ ਕੱਟੀ ਤੇ ਸਰਕਲ ਪ੍ਰਧਾਨ ਵੀ ਹੋ ਰਹੇ। ਉਹਨਾਂ ਦੀ ਜਿਹੜੀ ਗੱਲ ਸੀ ਨਾ ਬਾਦਲ ਸਾਹਿਬ ਦੀ, ਜੋ ਅਸੀਂ ਸੁਣਿਆ ਅੱਜ ਤੱਕ ਵੇਖਿਆ, ਕਿਉਂਕਿ ਬਜ਼ੁਰਗਾਂ ਦੇ ਨਾਲ ਮੈਨੂੰ ਕਾਫੀ ਵਾਰੀ ਮਿਲਣ ਦਾ ਮੌਕਾ ਉਹਨਾਂ ਸਮਿਆਂ ਦੇ ਵਿੱਚ ਮਿਲਿਆ। ਉਸ ਤੋਂ ਬਾਅਦ ਇਲੈਕਸ਼ਨ, ਤੁਹਾਡੀ ਕਿੰਨੀ ਕੁ ਉਮਰ ਹੁੰਦੀ ਸੀ ਉਦੋਂ? ਉਦੋਂ ਮੇਰੀ ਉਮਰ 10+2 'ਚ ਮੈਂ ਪੜ੍ਹਦਾ ਹੋਊਂਗਾ ਜੀ, ਇਦੋਂ ਥੱਲੇ ਹੀ ਸੀ ਜੀ। ਅਤੇ ਮੈਂ ਚੰਡੀਗੜ੍ਹ ਵੀ 2-4 ਵਾਰ ਉਹਨਾਂ ਨਾਲ ਗਿਆ ਅਤੇ ਉਸ ਤੋਂ ਬਾਅਦ ਜਦੋਂ ਮੈਂ ਆਪ ਵਿਚਰਨ ਲੱਗ ਗਿਆ, ਗਿੱਦੜਬਾਹ ਦਾ ਇਲੈਕਸ਼ਨ ਹੋਇਆ, ਉਦੋਂ ਵੀ ਬਾਦਲ ਸਾਹਿਬ ਨੂੰ ਉੱਥੋਂ ਨੇੜੇ ਹੋ ਕੇ ਦੇਖਿਆ, ਉਦੋਂ ਬਾਅਦ 'ਚ ਵੀ ਮਿਲਣ ਦਾ ਮੌਕਾ ਮਿਲਿਆ। ਸਾਦਕ ਪਿੰਡ 'ਚ ਵੀ ਉਹ ਆਏ ਬਤੌਰ, 2-3 ਆਪਣੇ ਘਰ ਵੀ ਆਏ। ਬਾਦਲ ਸਾਹਿਬ ਦੀ ਜਿਹੜੀ ਨਾ ਜੀ ਸਭ ਤੋਂ ਵੱਡੀ ਚੀਜ਼ ਮੈਂ ਜ਼ਿੰਦਗੀ 'ਚ ਦੇਖੀ ਹੈ, ਜਿਹੜਾ ਕਿ ਮੇਰੇ 'ਚ ਬਹੁਤ ਵੱਡਾ ਔਗਣ ਹੋ ਸਕਦਾ, ਕਿ ਉਹ ਆਪ ਤੋਂ ਛੋਟੇ ਨੂੰ ਵੀ ਸਰਦਾਰ ਜੀ ਕਹਿ ਕੇ ਬੁਲਾਉਂਦੇ ਸੀ। ਇੰਨੀ ਨਿਮਰਤਾ, ਇੰਨੀ ਹਲੀਮੀ, ਉਹਨਾਂ ਨੂੰ ਕਦੇ ਵੀ ਉੱਚੀ ਆਵਾਜ਼ 'ਚ ਗੱਲ ਕਰਦੇ ਜਾਂ ਕਿਸੇ ਨਾਲ ਤਲਖੀ ਭਰੇ ਲਹਿਜੇ 'ਚ ਜਮ੍ਹਾਂ ਨਹੀਂ ਦੇਖਿਆ। ਗਿੱਦੜਬਾਹ ਦੇ ਇਲੈਕਸ਼ਨ 'ਚ ਬਹੁਤ, ਉਦੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦਾ ਇਲੈਕਸ਼ਨ ਸੀ, ਬੇਅੰਤ ਸਿੰਘ ਦੀ ਸਰਕਾਰ ਸੀ, ਅਸੀਂ 1.5 ਮਹੀਨਾ ਉਦੋਂ ਲਗਾਤਾਰ ਰਹੇ ਉੱਥੇ ਜੀ। ਅਤੇ ਉਦੋਂ ਵੀ ਉਹਨਾਂ ਦੇ ਨਾਲ ਕਈ ਥਾਈਂ ਘਰਾਂ 'ਚ ਖਾਣਾ ਖਾਣ ਦਾ ਮੌਕਾ ਮਿਲਿਆ। ਉਹਨਾਂ ਦਾ ਇਸ ਤਰ੍ਹਾਂ ਦਾ ਵਰਤਾਰਾ ਸੀ ਜਿਵੇਂ ਇੱਕ ਪਰਿਵਾਰ ਦਾ ਅੰਗ ਹੁੰਦਾ, ਉਹ ਜਾਤੀ ਜਾਣਦੇ ਸੀ, ਹਰੇਕ ਦਾ ਨਾਂ ਜਾਣਦੇ ਸੀ, ਉਹਨਾਂ ਦੇ ਪਰਿਵਾਰ ਦਾ ਨਾਂ ਜਾਣਦੇ ਸੀ। ਜੇ ਇੱਕ ਘਰੋਂ ਉਹਨਾਂ ਨੇ ਚਾਹ ਪੀ ਲਈ ਤੇ ਦੂਜੇ ਘਰੇ 5-10 ਮਿੰਟਾਂ ਬਾਅਦ ਗਏ, ਮੈਨੂੰ ਜਾਤੀ ਗੱਲ ਕਰਦਾ ਹੁੰਦਾ ਜੀ। ਉਹ ਅਸੀਂ ਗਏ ਉਦੋਂ ਮਨਤਾਰ ਸਿੰਘ ਬਰਾੜ, ਲਖਵੀਰ ਸਿੰਘ ਰਾਈਆਂ ਵਾਲਾ ਦੁਨੀਆ 'ਚ ਨਹੀਂ ਰਹੇ, ਚਰਨਜੀਤ ਸਿੰਘ ਟਵਾਲ ਜੋ ਸਪੀਕਰ ਆ ਇੱਕ, ਉੱਥੇ ਸਾਰੇ ਹੁੰਦੇ ਸੀ ਉਦੋਂ, ਜੋਰਾ ਸਿੰਘ ਜੀ,
एम पी साहब हरदम सिंह कड़ौंच साहब ही टीम जो मैं तो छोटा सी सारे को उत्थे नाल हुंदा सी मैं देखिया उन्होंने जे किसी ने चाह पियाती अगले घर जाके उन्होंने बाल साहब लस्सी लो उन्होंने वो पी लेनी अगे अगे दुध पियादा उन्होंने पी लेना मतलब ना नहीं करते हरेक नाल इन्ना मतलब उन्हों का डाउन टू अर्थ फिर जदों कितों बहिंदे सी वो बड़ियां परिवारक गल्लां करदे सी खेती दीआं गल्लां करदे सी जिहड़ियां कि बंदे नूं टुब्दीआं सी ਉਹ ਸਾਰਾ ਹਾਲ ਚਾਲ ਪੁੱਛਦੇ ਸੀ ਅਗਲੇ ਦਾ ਨਹੀਂ ਤੁਸੀਂ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ ਸੀ ਕਿ 3 ਕਿਲੋ ਇਕੱਠਾ ਹੀ ਦੁੱਧ ਪਿਆਦਾ ਸੀ ਬਾਲ ਸਾਹਿਬ ਨੂੰ ਇੱਕ ਵਾਰੀ ਉਹ ਮੈਨੂੰ ਬਜ਼ੁਰਗਾਂ ਨੇ ਘਟਨਾ ਦੱਸੀ ਸੀ ਉਹ ਸਾਧਕ ਆਏ ਸੀਗੇ ਕੋਈ ਜਲਸਾ ਸੀ ਪੁਰਾਣਾ ਏਡੀਸੀ ਸ਼ਾਹ ਬਲਦੇਵ ਸਿੰਘ ਅੱਜਕੱਲ੍ਹ ਜਿਉਂਦੇ ਉਦੋਂ ਦੀ ਗੱਲ ਉਹ ਗੱਲ ਇੱਦਾਂ ਸੀ ਵੀ ਮਤਲਬ ਦੁੱਧ ਘਰੋਂ ਆ ਗਿਆ ਅਤੇ ਉਹ ਕੇਤਲੀਆਂ ਹੁੰਦੀਆਂ ਸੀ ਵੱਡੀ ਗੜਵੀ ਸੀ ਉਦੋਂ 2.5 ਕਿਲੋ ਦੀ ਅਤੇ ਉਹ ਜਿਵੇਂ ਗਲਾਸ ਵੱਡੇ ਸੀ ਉਹ ਭਰਤਾ ਬਾਲ ਸਾਹਿਬ ਨੂੰ ਉਹ ਪੀ ਲਿਆ ਫਿਰ ਭਰਤਾ ਉਹ ਕਹਿੰਦੇ ਬਸ ਜੀ ਉਹਨਾਂ ਨੇ ਫਿਰ ਕੋਈ ਲੋ ਜੀ ਥੋੜ੍ਹਾ ਜਿਹਾ ਤਾਂ ਹੈਗਾ ਚੱਕ ਕੇ ਉਹ ਸਾਰਾ ਹੀ ਪਿਆਤਾ ਮੇਰੇ ਬਾਬਾ ਜੀ ਨੇ ਅਤੇ ਉਹ ਬਾਅਦ 'ਚੋਂ ਗੱਲਾਂ ਕਿਤੇ ਗੱਲ ਹੋਈ ਸੀ ਬਜ਼ੁਰਗਾਂ ਤੋਂ ਮੈਂ ਸੁਣੀ ਕਹਿੰਦੇ ਏਡੀ ਸੀ ਬਜ਼ੁਰਗਾਂ ਤੁਸੀਂ ਬਾਲ ਸਾਹਿਬ ਨੂੰ ਕਿ ਪਿਆਉਣ ਵਾਲੀ ਕਸਰ ਉਹਨਾਂ ਨੇ ਪੀਣ ਵਾਲੀ ਕਸਰ ਨਹੀਂ ਛੱਡੀ ਸੋ ਉਹਨਾਂ ਦਾ ਇਹ ਗੱਲਾਂ ਬਹੁਤ ਉਹਨਾਂ ਦੀ ਇੱਕ ਗਲਾਸ ਵੀ ਨਹੀਂ ਪੀਤਾ ਜਾਂਦਾ ਕਿਸੇ ਲੀਡਰ ਦਾ ਉਹ ਬਸ ਬਹੁਤ ਇਸ ਗੱਲੋਂ ਦਾ ਜੀ ਉਹਨਾਂ ਦਾ ਉਹ ਅਗਲੇ ਨੂੰ ਅਹਿਸਾਸ ਨਹੀਂ ਹੋਣ ਦਿੰਦੇ ਸੀ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿਸੇ ਦੇ ਵੀ ਘਰੇ ਜਾਣ ਉਹਨੂੰ ਐਂ ਨਹੀਂ ਹੁੰਦਾ ਸੀ ਵੀ ਕਾਕਾ ਕੀ ਆ ਕਾਕਾ ਤੌੜੀ ਦਾ ਦੁੱਧ ਹੀ ਲਿਆ ਬੱਲੇ ਉਹਨਾਂ ਦਾ ਕਾਫੀ ਉਹਨਾਂ ਦੀ ਤੌੜੀ ਦਾ ਦੁੱਧ ਹੋਊਗਾ ਉਹ ਘਰਾਂ 'ਚ ਹੁੰਦਾ ਸੀ ਉਹ ਬੜੀ ਚਾਹ ਕੇ ਪੀ ਲੈਂਦੇ ਸੀ ਉਦੋਂ ਦੀ ਜਿਹੜੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ ਦਾ ਬੜਾ ਜ਼ਮੀਨ ਅਸਮਾਨ ਤੁਸੀਂ ਦੱਸਿਆ ਹੈ ਕਿ ਤੁਹਾਡੇ ਦਾਦਾ ਜੀ ਬੜੇ ਜਿਹੜਾ ਉਹਨਾਂ ਦੇ ਨਾਲ ਲੰਬਾ ਸਮਾਂ ਜਿਹੜੀ ਰਾਜਨੀਤੀ ਕੀਤੀ ਹੈ ਜੇਲ੍ਹਾਂ ਵੀ ਕੱਟੀਆਂ ਜਿਵੇਂ ਹੁਣ ਇਹ ਵੀ ਗੱਲ ਸਾਹਮਣੇ ਆਈ ਕਿ ਤਿਹਾੜ ਜੇਲ੍ਹ ਦੇ ਵਿੱਚ ਇਕੱਠੇ ਰਹੇ ਹੈ ਕੀ ਉਹ ਸਫ਼ਰ ਕਿਸ ਤਰੀਕੇ ਦਾ ਸੀਗਾ ਕਿਵੇਂ ਤੁਹਾਨੂੰ ਪਤਾ ਹੋਣਾ ਉਹ ਤਾਂ ਫਿਰ ਉਦੋਂ ਜੋ ਦੱਸਦੇ ਸੀ ਵੀ ਉੱਥੇ ਰਹੇ ਹੈ ਉਦੋਂ ਕੋਈ ਅਸਲੇ ਬਾਅਦ 'ਚ ਲੈ ਕੇ ਕੋਈ ਤਰੀਕਾਂ ਤਰੂਕਾਂ ਵੀ ਪੈਂਦੀਆਂ ਰਹੀਆਂ ਉਹ ਤਾਂ ਬਾਅਦ 'ਚ ਕੋਈ ਪਟੀਸ਼ਨ ਹੋਈ ਸੀ ਅਸਲਾ ਉਸਲਾ ਬਣਿਆ ਉਹਦੇ 'ਚ ਵੀ ਤਰੀਕਾਂ ਦੇ ਨਿਰੰਜਨ ਸਿੰਘ ਡਰਾਈਵਰ ਉਹ ਬਾਬਾ ਜੀ ਹੋਰਾਂ ਨੂੰ ਨਾਲ ਲਿਜਾਂਦੇ ਉਦੋਂ ਵੀ ਭੁਗਤਦੇ ਰਹੇ ਆ ਉਹ ਜੇਲ੍ਹ ਦੀ ਰਾਹੀ ਆ ਵੀ ਉੱਥੇ ਨੈੱਟ ਨੁੱਟ ਲੱਗੇ ਹੁੰਦੇ ਸੀ ਸ਼ਾਮ ਨੂੰ ਕਿਸੇ ਦਿਨ ਖੇਡਦੇ ਹੁੰਦੇ ਵੀ ਬਾਲ ਸਾਹਿਬ ਨਾਲ ਵਧੀਆ ਇਹਨਾਂ ਦਾ ਉੱਥੇ ਰਹੇ ਕਰਕੇ ਯਾਰ ਸੀ ਅਤੇ ਬਾਲ ਸਾਹਿਬ ਨੇ ਜਿੰਨਾ ਚਿਰ ਮਤਲਬ ਬਜ਼ੁਰਗ ਸਾਡੇ ਰਹੇ ਆ ਐਂਡ ਤੱਕ ਲਭਾਈ ਆ ਅਤੇ ਦੂਰੋਂ ਆਵਾਜ਼ ਮਾਰ ਕੇ ਬੁਲਾਓ ਕਦੇ ਐਂ ਨਹੀਂ ਅਹਿਸਾਸ ਹੋਣ ਦਿੱਤਾ ਸੀ ਅਸੀਂ ਸਗੋਂ ਛੋਟੀ ਉਮਰ 'ਚ ਆਖਣਾ ਤੁਸੀਂ ਕਹੋ ਜੀ ਕਹੋ ਉੱਠ ਜਾਣਗੇ ਉਹਨਾਂ ਨੇ ਕਾਕਾ ਆਰਾਮ ਨਾਲ ਖੜ ਜਾ ਤੂੰ ਦੇਖ ਲਈ ਆਪੇ ਆਪ ਮੇਰੇ ਤੋਂ ਇਸ ਤਰ੍ਹਾਂ ਪੈਰ ਨਹੀਂ ਲੱਗੇ ਉਹ ਉਹਨਾਂ ਦੀ ਨਿਗਾਹ ਪੈ ਜਾਂਦੀ ਸੀ ਵੀ ਫਲਾਨਾ ਖੜਾ ਤੇ ਕਦੇ ਐਂ ਨਹੀਂ ਅਹਿਸਾਸ ਹੋਇਆ ਵੀ ਬੰਦਾ ਆਇਆ ਤੇ ਉਹਨਾਂ ਦੀ ਨਿਗਾਹ ਨਾ ਪਈ ਹੋ ਤੇ ਉਹਨਾਂ ਨੂੰ ਸਦ ਕੇ ਸਤਿਕਾਰ ਨਾ ਦਿੱਤਾ ਧਾਲੀਵਾਲ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਸੀ ਅੱਜ ਕੱਲ੍ਹ ਤਾਂ ਜਿਵੇਂ ਹੁਣ ਜੇ ਕੋਈ MLA ਬਣ ਜਾਂਦਾ ਤੇ ਉਹ ਵੀ ਕਹਿ ਜਾਂਦਾ ਵੀ ਮੇਰੇ ਕੋਲ ਤਾਂ ਪਾਵਰ ਆ ਗਈ ਮੈਂ ਪਤਾ ਨਹੀਂ ਕੀ ਚੀਜ਼ ਬਣ ਗਿਆ ਕੋਈ ਸਮਾਂ ਸੀਗਾ CM ਸੀਗੇ ਤੁਸੀਂ ਉਹਦੇ ਕੋਲ ਉੱਥੇ ਚੰਡੀਗੜ੍ਹ ਇਹਨਾਂ ਕੋਲ ਗਏ ਸੀਗੇ ਤੇ ਬੜੀ ਤੁਸੀਂ ਵੱਖਰੀ ਜਿਹੜੀ ਗੱਲ ਦੱਸੀ ਸੀ ਉਹ ਵੀ ਜਿਹੜੀ ਸਾਂਝੀ ਕਰ ਦਿਓ ਨਹੀਂ ਉਹ ਤਾਂ ਬਜ਼ੁਰਗਾਂ ਨੂੰ ਉਦੋਂ ਕੰਮ ਗਏ ਸੀ ਅਸੀਂ ਮੋਗੀਆਂ ਸ਼ਾਇਦ ਲਾਉਣੀ ਸੀ ਮੈਨੂੰ ਯਾਦ ਨਹੀਂ ਮੋਗੀ ਸੀ ਅਤੇ ਨਾਲ ਉਹ ਕਹਿੰਦੇ ਵੀ ਉਦੋਂ ਮੇਰੇ ਖਿਆਲ CM ਸ਼ਾਇਦ ਨਹੀਂ ਸੀ ਅਤੇ ਉੱਦਾਂ ਕਿਹਾ ਮਿਲਿਆ ਦੇ ਵੀ ਆਪ ਤਾਂ ਕਰਨੇ ਤੋਂ ਕੰਮ ਤਕੜੇ ਹੋ ਕੇ ਸਾਬਕਾ CM ਤਾਂ ਸੀਗੇ ਹਾਂ ਸਾਬਕਾ CM ਸੀ ਬਿਲਕੁਲ ਅਤੇ ਉਦੋਂ ਕਹਿੰਦੇ ਵੀ ਕੰਮ ਤਕੜੇ ਹੋ ਕੇ ਕਰਾਇਆ ਕਰੋ ਸਰਪੰਚ ਸਾਹਿਬ ਅਤੇ ਉਦੋਂ ਬਾਅਦ ਉਹ ਕਹਿੰਦੇ ਫਿਰੋਜ਼ਪੁਰ ਮੈਂ ਆਉਣਾ ਉੱਥੇ ਅਸੀਂ ਗਏ ਫਿਰ ਮਿਲੇ ਅਸੀਂ ਉੱਥੇ ਬੈਠੇ ਗੱਲਾਂ ਬਾਤਾਂ ਮੇਰੇ ਤੋਂ ਉਹਨਾਂ ਨੇ ਪੰਜਾਬੀ 'ਚ ਚਿੱਠੀਆਂ ਵੀ ਲਿਖਾਈਆਂ ਉਹ ਵੀ ਮੈਨੂੰ ਯਾਦ ਹੈ ਅਤੇ ਮੈਂ ਝਿਜਕਦਾ ਸੀ ਵੀ ਮੈਂ ਛੋਟਾ ਸੀ ਅਤੇ ਉਹ ਕਹਿੰਦੇ ਕਾਕੇ ਪੰਜਾਬੀ ਲਿਖ ਲੈਂਦਾ ਮੈਂ ਕਿਹਾ ਹਾਂਜੀ ਮੈਂ ਲਿਖ ਲੈਂਦਾ ਅਤੇ ਮੇਰੇ ਤੋਂ ਉਹਨਾਂ ਨੇ ਦੋ ਕੁਝ ਅੰਮ੍ਰਿਤਸਰ ਤੋਂ ਸੀ ਸ਼ਾਇਦ ਖੇਤਾ ਸਿੰਘ ਨਾਂ ਸੀ ਮੈਨੂੰ ਯਾਦ ਨਹੀਂ ਦੋ ਚਿੱਠੀਆਂ ਉਹਨਾਂ ਨੇ ਪੰਜਾਬੀ 'ਚ ਮੇਰੇ ਕੋਲ ਕੀ ਚਿੱਠੀਆਂ ਕੀ ਸੀ ਕੀ ਲਿਖਿਆ ਸੀ ਬਸ ਵੈਸੇ ਹਾਲ ਚਾਲ ਪੁੱਛ ਕੇ ਵੈਸੇ ਉਹਨਾਂ ਨੂੰ ਹਾਲ ਚਾਲ ਪੁੱਛ ਕੇ ਉਹਨਾਂ ਦਾ ਜੋ ਚਿੱਠੀਆਂ ਵਾਲਾ ਪੁਰਾਣਾ ਸਿਸਟਮ ਚੱਲਦਾ ਸੀ ਉਦੋਂ ਮੈਂ 10th ਸੀ ਸ਼ਾਇਦ ਮੇਰੇ ਖਿਆਲ ਉਹ ਵੈਸੇ ਜੋ ਆਪਣੇ ਚਿੱਠੀ ਪੱਤਰ ਪੁਰਾਣਾ ਚੱਲਦਾ ਸੀ ਵੀ ਪਿਆਰੇ ਖੇਤਾ ਸਿੰਘ ਆਪ ਜੀ ਨੂੰ ਮਿਲੇ ਖੁਸ਼ੀ ਹੋਈ ਉਹ ਸਾਰਾ ਇਸ ਤਰ੍ਹਾਂ ਜਿਵੇਂ ਉਹ ਚਿੱਠੀ ਦਾ ਸਿਸਟਮ ਹੁੰਦਾ ਸੀ ਉਵੇਂ ਲਿਖਾਂਦਾ ਸੀ ਬੋਲ ਬਾਦਲ ਸਾਹਿਬ ਨੇ ਬੋਲ ਕੇ ਲਿਖਾਂਦਾ ਸੀ ਕੀ ਬਾਤ ਹੈ ਵੀ ਜਾਨੀ ਕਿ ਤੁਸੀਂ ਵੀ ਨਿੱਕੇ ਹੁੰਦਿਆਂ ਤੋਂ ਉਹਨਾਂ ਦੇ ਨਾਲ ਜਿਹੜਾ ਮੈਂ ਬਜ਼ੁਰਗਾਂ ਨਾਲ ਆਪਦਿਆਂ ਨਾਲ ਜਾਂਦਾ ਰਹਿੰਦਾ ਸੀ ਦਿਨ ਯਾਦ ਆਉਂਦੇ ਹਾਂ ਮੈਨੂੰ ਇੱਕ ਵਾਰ ਯਾਦ ਆ ਅਸੀਂ ਗਏ ਕੰਮ ਕੋਠੀ 9 ਸੈਕਟਰ 256 ਨੰਬਰ ਸਾਰਾ ਸਾਡੇ ਨਾਲ ਦੋ ਜਾਣੇ ਹੋਰ ਸੀ ਕਰ ਕਰਾ ਕੇ ਸ਼ਾਮ ਜਾ ਹੋ ਗਿਆ ਅਤੇ ਉਹ ਫੋਨ ਕਰਵਾਇਆ ਮੈਨੂੰ ਚੇਤਾ ਨਹੀਂ ਬਜ਼ੁਰਗਾਂ ਨੇ ਕਹਿੰਦਾ ਕੰਮ ਸੀ ਕਰਵਾ ਕੇ ਅਤੇ ਨਿਕਲੇ ਸਰਪੰਚ ਸਾਹਿਬ ਰਹਿਣ ਦਾ ਕੀ ਪ੍ਰਬੰਧ ਹੈ ਅੱਛਾ ਪੁੱਛਿਆ ਆਪ ਕਹਿੰਦਾ ਵੀ ਹੁਣ ਨੇਰਾ ਹੋ ਗਿਆ ਤੁਸੀਂ ਕਿੱਧਰ ਜਾਓਗੇ ਫਰੀਦਕੋਟ ਇਹ ਚੀਜ਼ਾਂ ਮੈਂ ਆਪ ਦੇਖੀਆਂ ਪਰ ਬਹੁਤ ਉਹਨਾਂ ਦੀ ਮਤਲਬ ਡਾਊਨ ਟੂ ਅਰਥ ਸੀ ਅਗਲੇ ਦਾ ਸਤਿਕਾਰ 'ਚ ਕਮੀ ਨਹੀਂ ਰਹਿਣ ਦਿੰਦੇ ਅੱਜ ਕੱਲ੍ਹ ਦਾ ਲੀਡਰ ਤਾਂ ਪੁੱਛਦਾ ਨਹੀਂ ਆ ਗਿਆ ਬਸ ਠੀਕ ਹੈ ਮੇਰੀ ਆਪਦੀ ਮਤਲਬ ਦੇਖੀ ਹੋਈ ਕੋਲੇ ਇਹ ਚੀਜ਼ ਹੈ ਮਤਲਬ ਇਸ ਤਰ੍ਹਾਂ ਦੀ ਉਹਨਾਂ ਦੇ ਸੁਭਾਅ ਸੀ ਉਹਨਾਂ ਦੇ ਇਹ ਸੁਭਾਅ ਕਿਸੇ ਦੇ ਹਿੱਸੇ ਨਹੀਂ ਆਉਂਦਾ ਜੋ ਇੰਨੇ ਵਾਰ ਬੰਦਾ ਮੁੱਖ ਮੰਤਰੀ ਰਹਿ ਜੇ ਇੰਨੀ ਪਾਵਰ 'ਚ ਹੋਵੇ ਅਤੇ ਪਰ ਉਹਨਾਂ ਨੇ ਜਿੱਥੇ ਕਿਤੇ ਵੀ ਇਹ ਨਹੀਂ ਬਜ਼ੁਰਗਾਂ ਦੀ ਜਿੱਥੇ ਕਿਤੇ ਵੀ ਉਹਨਾਂ ਦਾ ਪਿਆਰ ਸੀ ਕਿਸੇ ਵੀ ਨਗਰ 'ਚੋਂ ਜਾਤੀ ਤੌਰ 'ਤੇ ਹਰ ਬੰਦੇ ਦਾ ਨਾਂ ਪਰਿਵਾਰ ਦਾ ਨਾਂ ਉਹ ਬਕਾਇਦਾ ਪੁੱਛਦੇ ਸੀ ਅਤੇ ਉਹਨਾਂ ਸਾਰਿਆਂ ਨੂੰ ਮਿਲਦੇ ਸੀ ਵਲ ਭੰਨ ਕੇ ਕਿਤੇ ਆਉਂਦੇ ਕਦੇ ਉਹਨੂੰ ਮਿਲ ਲਏ ਕਦੇ ਉਹਨੂੰ ਮਿਲ ਲਏ ਉਹਨਾਂ ਨੂੰ ਐਂ ਨਹੀਂ ਹੁੰਦਾ ਸੀ ਉਹਨਾਂ ਨੇ ਆਪਦਾ ਐਂਡ ਤੱਕ ਉਹ ਸਾਰਾ ਜੋ ਉਹਨਾਂ ਦਾ ਸਿਸਟਮ ਸੀ ਉਵੇਂ ਉਹਨਾਂ ਨੇ ਬਰਕਰਾਰ
ਕਹਿੰਦੇ ਆ ਕਿ ਪੰਜਾਬ ਦਾ ਕੋਈ ਵੀ ਅਜਿਹਾ ਪਿੰਡ ਨਹੀਂ ਹੋਣਾਗਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਖੁਦ ਆਪ ਨਹੀਂ ਗਏ ਹੋਣਗੇ। ਮੈਂ ਆਪ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ, ਬਿਲਕੁਲ ਨਹੀਂ ਹੋਣਾ ਜਿੱਥੇ ਉਹ ਨਾ ਗਏ, ਬਿਲਕੁਲ ਨਹੀਂ ਹੋਣਾ। ਔਰ ਕਈ ਪਿੰਡਾਂ 'ਚ ਤਾਂ ਕਿੰਨੇ ਕਿੰਨੇ ਵਾਰੀ ਗਏ ਹੋਣਗੇ, ਇਹ ਵੀ ਹੋ ਸਕਦਾ। ਦੂਜਾ ਇਹ ਵੀ ਹੈ ਵੀ ਜਿਹੜੇ ਉਹਨਾਂ ਦੇ ਨਾਲ, ਜਿਵੇਂ ਹੁਣ ਤੁਸੀਂ ਦੱਸਿਆ ਤੁਹਾਡੇ ਦਾਦਾ ਜੀ ਸੀਗੇ, ਤੁਸੀਂ ਲੀਡਰ ਉਹਨਾਂ ਦੇ ਨਾਲ ਰਹਿੰਦੇ ਸੀਗੇ, ਉਹਨਾਂ ਦੇ ਘਰਾਂ ਦੇ ਵਿੱਚ ਤਕਰੀਬ ਨਹੀਂ ਹੋਣਾ ਜਾਣਾ ਰਹਿੰਦਾ ਸੀ ਉਹਨਾਂ ਦਾ, ਤੁਹਾਡੇ ਵੀ? ਬਿਲਕੁਲ ਹਾਂ, ਸਾਡੇ ਵੀ ਉਹ ਦੋ ਤਿੰਨ ਵਾਰ ਘਰ ਆਏ ਬਾਲ ਸਾਹਿਬ। ਹਾਂਜੀ, ਦੋ ਤਿੰਨ ਵਾਰ ਘਰ ਆਏ ਸਾਡੇ, ਅਤੇ ਮਤਲਬ ਘਰ ਆ ਕੇ ਐਂ ਨਹੀਂ ਮਹਿਸੂਸ ਹੋਣ ਦਿੰਦੇ ਸੀ ਵੀ ਸੁੱਡਾ ਕੋਈ ਪ੍ਰਬੰਧ ਕਰਨਾ ਪਊਗਾ। ਅੱਜ ਕੱਲ੍ਹ ਜਿਵੇਂ ਫਾਰਮੈਲਿਟੀਆਂ ਦੀ ਜ਼ਿੰਦਗੀ ਦੀ ਬਾਹਲੀ ਹੋ ਗਈ ਹੈ, ਉਹ ਉਹਨਾਂ ਨੂੰ ਕਾਕੇ ਐਂ ਕਰ, ਤੂੰ ਤੌੜੀ ਦਾ ਦੁੱਧ ਲਿਆ ਯਾਰ, ਜਾਂ ਨਹੀਂ ਨਹੀਂ ਠੀਕ ਹੈ ਤੂੰ ਦੂਜਾ ਇੱਦਾਂ ਹੀ ਪੀ ਕੇ, ਉਹਨਾਂ ਨੂੰ ਮਤਲਬ ਅਗਲੇ ਨੂੰ ਪੈ ਖਾ ਪੀ ਕੇ ਅਗਲੇ ਨੂੰ ਬਾਅਦ 'ਚ ਵੀ ਕਹਿ ਦਿੰਦੇ ਸੀ ਹਾਂ ਯਾਰ ਬੜ ਬਹੁਤ ਆਨੰਦ ਆਇਆ। ਯਾਨੀ ਕਿ ਵਰਕਰ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਸੀਗਾ ਵੀ ਯਾਰ ਸਾਡਾ ਵੱਡਾ ਲੀਡਰ ਆ ਗਿਆ। ਬਿਲਕੁਲ ਬਿਲਕੁਲ ਬਿਲਕੁਲ, ਅਤੇ ਵੱਡੇ ਗਲਾਸ ਹੁੰਦੇ ਸੀ, ਮੈਨੂੰ ਯਾਦ ਹੈ ਉਹ ਮੈਂ ਕਿਉਂਕਿ ਕੱਪ ਉਹ ਫਿਰ ਕਹਿੰਦੇ ਨਹੀਂ ਸਟੂ ਗਲਾਸ ਲਿਆ ਦੂਜਾ ਲਿਜਾ ਕੇ, ਤਾਂ ਉਹਨਾਂ ਨੇ ਸਾਰੇ ਬੈਠੇ ਦੀਪ ਸਿੰਘ ਵਾਲੇ ਜਾਣਾ ਸੀ, ਕਾਨਫਰੰਸ ਇਲੈਕਸ਼ਨ ਦਾ ਚੱਲਦਾ ਸੀ, ਅਤੇ ਉਹ ਉਹਨਾਂ ਨੂੰ ਕੱਪਾਂ ਦੇ ਵਾਲ ਸਾਹਿਬ ਉਹਨਾਂ ਨੇ ਮੇਰੇ ਸਾਹਮਣੇ ਵੱਡੇ ਬਜ਼ੁਰਗਾਂ ਨੇ ਉਹ ਕੋਈ ਫੋਟੋ ਗਲਾਸ 'ਚ ਪਿਆ, ਕਹਿੰਦੇ ਮੈਨੂੰ ਪਤਾ ਤੂੰ ਗਲਾਸ 'ਚ ਲਿਆ ਪਾ। ਬਲਜਿੰਦਰ, ਜਦੋਂ ਬਾਦਲ ਸਾਹਿਬ ਦੀ ਇਹ ਖਬਰ ਆਉਂਦੀ ਹੈ ਕਿ ਬਾਦਲ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਤੁਹਾਨੂੰ ਜਦੋਂ ਇਸ ਖਬਰ ਦਾ ਪਤਾ ਲੱਗਿਆ, ਕਦੋਂ ਖਬਰ ਦਾ ਪਤਾ ਲੱਗਿਆ, ਜਦੋਂ ਉਹ ਖਬਰ ਦਾ ਪਤਾ ਲੱਗਿਆ ਉਦੋਂ ਤੁਹਾਡੇ ਮਨ ਦੇ ਵਿੱਚ ਕੀ? ਮੈਨੂੰ ਰਾਤ ਨੂੰ 9 ਵਜੇ ਪਤਾ ਲੱਗ ਗਿਆ ਸੀ, ਅਤੇ ਬਿਲਕੁਲ ਇਸ ਗੱਲ ਦਾ ਬੜਾ ਮਹਿਸੂਸ ਹੋਇਆ, ਇੱਕ ਬੰਦੇ ਨੂੰ ਬੜਾ ਮਾਣ ਹੁੰਦਾ। ਪਿੱਛੇ ਜੇ ਵੀ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਮਿਲਿਆ, ਅਤੇ ਉਹ ਕਹਿੰਦਾ ਹੁਣ ਤੁਹਾਨੂੰ ਸ਼ੋਰਟ ਘਟਨਾ ਦੱਸਦਾ ਐਂਡ ਦੀ। ਮੈਂ ਬਾਲਾ ਸਰ ਗਿਆ, ਮੇਰਾ ਮਸੇਰ ਸੀ ਉੱਥੇ, ਸਮਰਜੀਤ ਸਰਪੰਚ ਲਹਿਰੇ ਵਾਲਾ ਸੀ, ਉੱਥੇ ਗੱਲਾਂ ਚੱਲ ਪਈਆਂ, ਇਹ ਬਸ ਬੜੀ ਪੁਰਾਣੀ ਨਹੀਂ ਗੱਲ, ਆਹ 1-2 ਸਾਲ ਪੁਰਾਣੀ ਹੋਣੀ ਮਸਾਂ ਹੀ। ਅਤੇ ਉਹਨੂੰ ਕਹਿੰਦੇ ਅਮਰਜੀਤ ਯਾਰ ਮੱਝ ਲੈਣੀ ਆ ਮੋਹਰਾ ਨਸਲ ਦੀ, ਅਤੇ ਉਹ ਕਹਿੰਦੇ ਜੀ ਮੱਝ ਦਾ ਕੀ ਆਪਾਂ ਲੈ ਲੈਂਦੇ ਹਾਂ? ਕੌਣ ਕਹਿੰਦੇ? ਬਾਦਲ ਸਾਹਿਬ ਕਹਿੰਦੇ? ਬਾਦਲ ਸਾਹਿਬ ਕਹਿੰਦੇ ਵੀ ਦੁੱਧ ਦੀ ਕਮੀ ਆ ਅਤੇ ਮੋਹਰਾ ਦੀ ਆਪਾਂ ਮੱਝ ਵਧੀਆ ਲਈਏ, ਅਤੇ ਉਹ ਮੱਝ ਦੀ ਗੱਲ ਚੱਲੀ ਉੱਥੇ ਮੇਰੇ ਬੈਠਿਆਂ ਤੋਂ, ਅਸੀਂ ਚਾਹ ਪਾਣੀ ਪੀਤਾ, ਮੈਂ ਬਜ਼ੁਰਗਾਂ ਦਾ ਦੱਸਿਆ, ਮੇਰਾ ਵਧੀਆ ਸਤਿਕਾਰ ਕੀਤਾ। ਅਤੇ ਦੂਜੇ ਦਿਨ ਉੱਥੇ ਇੱਕ ਮਹਿਤਿਆਂ ਦੀ ਡੇਅਰੀ ਹੈ ਬੰਗਾਲੇ, ਤੁਸੀਂ ਮੰਨੋਗੇ ਅਮਰਜੀਤ ਨਾਲ ਹੀ ਅਤੇ ਮੇਰਾ ਮਸੇਰ ਖੇਤ ਸਪਰੇਅ ਕਰਾਉਂਦਾ ਸੀ, ਬਾਲ ਸਾਹਿਬ ਸਾਰਿਆਂ ਨੂੰ ਲੈ ਕੇ ਉੱਥੇ ਡੇਅਰੀ 'ਤੇ ਪਹੁੰਚ ਗਏ, ਅਤੇ ਅਜੇ ਮਹਿਤੇ ਉਹ ਕਹਿੰਦੇ ਵੀ ਚਲੋ ਅਸੀਂ ਮੱਝ ਤਾਂ ਦੇ ਦਾਂਗੇ ਬਾਲ ਸਾਹਿਬ, ਡੇਅਰੀ 'ਤੇ ਆਉਣਾ ਪਊਗਾ। ਅਤੇ ਬਾਲ ਸਾਹਿਬ ਟਾਈਮ ਨਾਲ ਜਾਵੜੇ ਉੱਥੇ, ਅਤੇ ਤੁਰ ਕੇ ਐਂ ਤੁਰੇ ਫਿਰੇ, ਉਹਨਾਂ ਦਾ ਛੱਪੜ ਬਣਿਆ ਹੋਇਆ, ਮੈਂ ਨਹੀਂ ਸੀ, ਮੈਂ ਤਾਂ ਉਹਨਾਂ ਤੋਂ ਜਿਹੜੀ ਘਟਨਾ ਦੱਸੀ ਸੁਣੀ, ਅਤੇ ਉਹ ਮੁੜ ਕੇ ਗੇੜਾ ਕੱਢਿਆ, ਵੇਖਿਆ ਕਾਕੇ ਫੀਡ ਕਿਵੇਂ ਬਣਾਉਂਦੇ ਹੋ, ਆਹ ਕਿਵੇਂ ਕਰਦੇ ਹੋ, ਸਾਰਾ ਉਹਨਾਂ ਨੂੰ ਪੁੱਛ ਕੇ ਉੱਥੋਂ ਫਿਰ ਉਹ ਮੇਰੇ ਮਾਸੜ ਜੀ ਕੇ ਘਰੇ ਚਲੇ ਗਏ। ਉਹ ਸਰਪੰਚ ਕਹਿੰਦਾ ਵੀ ਅੱਗੇ, ਉਹ ਕਹਿੰਦਾ ਵੀ ਉੱਧਰ ਆਉਣਾ, ਉਹ ਕਹਿੰਦਾ ਯਾਰ ਘਰੇ ਨਹੀਂ, ਮਾਸੜ ਜੀ ਹੋਰੇ ਮੇਰੇ ਦੋਨੇ ਭਰਾ ਸੀ, ਫਿਰ ਉਹਨਾਂ ਨੂੰ ਘਰੇ 10 ਮਿੰਟ ਬੈਠੇ, ਚਾਹ ਪਾਣੀ ਪੀ ਕੇ ਪੁਰਾਣੀਆਂ ਗੱਲਾਂ ਕੀਤੀਆਂ ਸਾਰੀਆਂ ਪਿੰਡਾਂ ਵਾਲੀਆਂ ਉਹਨਾਂ ਨਾਲ, ਵਧੀਆ ਟਾਈਮ ਕਰਕੇ ਗੱਲਾਂ ਬਾਤਾਂ ਉੱਥੇ ਆਏ। ਝਿੰਜਣ ਦਾ ਵੀ ਮਿਲ ਜੂਗਾ, ਚੰਤਰ ਦਾ ਝਿੰਜਣ ਦਾ, ਉਹ ਕਹਿੰਦੇ ਹਾਂਜੀ ਮਿਲ ਜੂਗਾ। ਮੇਰਾ ਦਾਦਾ ਬਾਗ 'ਚ ਬੀਜਣਾ ਸੀ, ਉਹ ਵੀ ਮੈਂ ਉਦੋਂ ਛੋਟਾ ਆਇਆ ਸੀ, ਇਹ ਵੀ ਘਟਨਾ ਮੇਰੇ ਸਾਹਮਣੇ, ਮਤਲਬ ਇਸ ਤਰ੍ਹਾਂ ਦੀਆਂ ਵਧੀਆ ਪਰਿਵਾਰਕ ਗੱਲਾਂ ਕਰਦੇ ਸੀ, ਤੇ ਐ ਨਹੀਂ ਮਹਿਸੂਸ ਹੁੰਦਾ ਸੀ ਵੀ ਏਡੇ ਵੱਡੇ ਲੀਡਰ ਕੋਲੇ ਤੁਸੀਂ ਬੈਠੇ, ਆਮ ਗੱਲਾਂ ਸਾਂਝੀਆਂ ਕਰਦੇ ਸੀ, ਇਹ ਨਹੀਂ ਕਹਿੰਦੇ ਸੀ ਵੀ ਮੈਂ ਯਾਰ ਲੀਡਰ ਆ, ਜਿੱਥੇ ਕਿਤੇ ਬੈਠਦੇ ਸੀ ਉਹ ਲੋਕਾਂ ਦਾ ਹਾਲ ਚਾਲ ਪੁੱਛਦੇ ਸੀ, ਜਿਹੜਾ ਉੱਥੇ ਨਹੀਂ ਉਹਨਾਂ ਦਸਾਂ ਬਾਰੇ ਜਿਨ੍ਹਾਂ ਨੂੰ ਜਾਣਦੇ ਉਹਨਾਂ ਦਾ ਕੀ ਹਾਲ ਆ, ਉਹਦਾ ਕੀ ਹਾਲ ਆ, ਸਾਰਾ ਪੁੱਛਦੇ ਸੀ, ਫਸਲਾਂ ਦਾ ਪੁੱਛਦੇ ਸੀ, ਮਤਲਬ ਜ਼ਮੀਨ ਨਾਲ ਜੁੜੀਆਂ ਗੱਲਾਂ ਕਰ। ਬਲਜਿੰਦਰ, ਜਿਵੇਂ ਹੁਣ ਤੁਸੀਂ ਤਾਂ ਚਲੋ ਨਾਲ ਰਹੇ ਹੈ ਜਾਂ ਹੋਰ ਵੀ ਰਾਜਨੀਤੀ ਦੀ ਆਪਣਾ ਵਿਰੋਧੀ ਜਾਂ ਕੁਛ ਵੀ, ਕੁਝ ਲੋਕ ਇਹ ਵੀ ਇਹ ਅਜਿਹੇ ਵੀ ਹੈਗੇ ਆ ਜਿਨ੍ਹਾਂ ਦਾ ਰਾਜਨੀਤੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਉਹ ਲੋਕ ਵੀ ਸਾਡੇ ਕੋਲ ਜ਼ਿਕਰ ਕਈ ਵਾਰੀ ਕਰਦੇ, ਉਹ ਲੋਕਾਂ ਨੇ ਵੀ ਬਹੁਤ ਜ਼ਿਆਦਾ ਦੁੱਖ ਮਨਾਇਆ। ਬਿਲਕੁਲ ਜੀ, ਵੇਖੋ ਜਾਣਾ ਤਾਂ ਇੱਕ ਕੁਦਰਤ ਦਾ ਦਸਤੂਰ ਹੈ, ਅਤੇ ਪਰ ਦੁੱਖ ਤਾਂ ਆਉਂਦਾ ਹੀ ਹੈ ਜਦੋਂ ਮਤਲਬ ਜਿੱਥੇ ਕਿਤੇ ਤੁਹਾਡਾ ਸੰਬੰਧ ਜੁੜਿਆ ਹੁੰਦਾ, ਤੁਹਾਨੂੰ ਮਾਣ ਹੁੰਦਾ ਨਾ, ਇਹ ਚੀਜ਼ ਤਾਂ ਹੁੰਦੀ ਹੈ ਜੀ, ਅਤੇ ਪਰ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਸੋਹਣੀ ਉਮਰ ਲੈ ਕੇ ਗਏ ਆ, ਹੈ ਨਾ, ਅਤੇ ਜਾਣਾ ਤਾਂ ਸੀ ਪਰ ਲੋੜ ਸੀ ਉਹਨਾਂ ਨੂੰ ਅਜੇ ਵੀ ਉਹਨਾਂ ਤੋਂ, ਮਤਲਬ ਉਹਨਾਂ ਦੀ ਕਈ ਲੋਕਾਂ ਦਾ ਤਾਂ ਇੰਨਾ ਪਿਆਰ ਆ, ਉਹ ਤਾਂ ਇਹ ਕਹਿ ਰਿਹਾ ਯਾਰ ਸਾਨੂੰ ਤਾਂ ਐਂ ਲੱਗਦਾ ਵੀ ਸਾਡਾ ਜਿਵੇਂ ਪਿਓ ਤਰ ਜਾਂਦਾ। ਬਿਲਕੁਲ ਬਿਲਕੁਲ, ਉੱਥੇ ਨਾ ਜੀ ਬੰਦਿਆਂ ਨੂੰ ਆਪ ਤੁਸੀਂ ਲੰਬੀ ਹਲਕੇ 'ਚ ਦੇਖੋ, ਹੁਣ ਇੰਨੀ ਸਿਹਤ ਉਹਨਾਂ ਦੀ ਢਿੱਲੀ ਹੈ, ਅਤੇ ਮੈਂ ਤੁਹਾਨੂੰ ਦੱਸਦਾ ਉਹਦੇ ਕੁਈਨਲੈਂਡ 'ਚ ਅੱਜ ਤੋਂ ਮਹੀਨਾ ਪਹਿਲਾਂ ਵਿਆਹ ਸੀ ਅਮਰਜੀਤ ਦੀ ਭਤੀਜੀ ਦਾ, ਅਤੇ ਪ੍ਰੋਗਰਾਮ ਬਣ ਗਿਆ, ਮੈਂ ਵਿੱਚ ਸੀ ਉੱਥੇ, ਕੈਂਸਲ ਹੋ ਗਿਆ ਕਿਉਂਕਿ ਢਿੱਲੀ ਸੀ ਸਿਹਤ, ਨੀਲ ਪਏ ਹੋਏ ਸੀ ਮਾਨਸਾ ਦੇ ਇੱਥੇ, ਅਤੇ ਕੁਈਨਲੈਂਡ 'ਚ ਉਹਨਾਂ ਨੇ ਆਉਣਾ ਸੀ, ਉਹ ਕਹਿੰਦੇ ਵੀ ਤੁਸੀਂ ਮੰਨੋ ਵੀ ਇੰਨਾ ਪਿਆਰ ਸੀ, ਉਹ ਉੱਥੇ ਆਏ ਅੱਜ ਤੋਂ ਮਹੀਨਾ ਸਵਾ ਮਹੀਨਾ ਪਹਿਲਾਂ, ਕੁਈਨਲੈਂਡ 'ਚ ਵਿਆਹ ਅਤੇ ਅਮਰਜੀਤ ਸਰਪੰਚ ਦੇ ਭਤੀਜੇ ਦਾ ਵਿਆਹ ਸੀ, ਉੱਥੇ ਆਏ ਅਤੇ ਬਕਾਇਦਾ ਉੱਥੇ ਟਾਈਮ ਲੈ ਜਾਣ ਲੱਗਿਆ, ਜਿਹੜੀ ਗੱਲ ਕੀਤੀ ਮੈਨੂੰ ਪੁੱਛਦਾ ਅਮਰਜੀਤ ਸਿੰਘ ਦੇ ਫਾਦਰ ਦੀ ਡੈਥ ਹੋਈ ਹੈ ਜੀ, ਅਤੇ ਬਦਰ ਜੀ ਉਹਦੇ ਘਰ ਵਾਲੀ ਉਹ ਜਾਣ ਲੱਗਿਆ, ਸ਼ੀਸ਼ਾ ਡਾਊਨ ਕੀਤਾ ਮੈਂ ਕੋਲੇ ਖੜ੍ਹਾ,
अमरजीत बेटा टाइम ना आ जाओ सरपंच साहब नेरा ना कर, मतलब वो वड्डे वाली ड्यूटी भी नवा के मतलब मेरे देखण दी आ हाता जी ते उदे सारे कहिंदे मुश्किल आ वी सेहत दी ते फिर वो मन करड़ा करके वेलो वी उहनां दा संबंध सी प्यार सी ते उत्थे वी आए हो ਜਿਵੇਂ ਹੁਣ ਤੁਸੀਂ ਦੱਸਿਆ ਵੀ ਬੜਾ ਜਿਹੜਾ ਗਰਾਊਂਡ ਲੈਵਲ ਤੇ ਗੱਲਾਂ ਬਾਤਾਂ ਕਰਦੇ ਸੀਗੇ ਤਾਂ ਹੁਣ ਉਹਦੇ ਸ਼ਾਇਦ ਤੁਸੀਂ ਸੁਣਿਆ ਹੋਵੇ ਖੱਟਰ ਉਦੋਂ ਜਦੋਂ ਇਹਨਾਂ ਦੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਸ ਤੋਂ ਕੁਛ 5-4 ਦਿਨ ਪਹਿਲਾਂ ਉੱਥੇ ਉਹਨਾਂ ਨੂੰ ਮਿਲਣ ਆਉਂਦੇ ਮੁਹਾਲੀ ਦੇ ਵਿੱਚ ਹਸਪਤਾਲ ਦੇ ਵਿੱਚ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਬਾਲ ਸਾਹਿਬ ਦਾ ਇਹੀ ਕਹਿਣਾ ਹੁੰਦਾ ਖੱਟਰ ਨੂੰ ਵੀ ਬੇਟਾ ਕਿਸਾਨਾਂ ਦਾ ਖਿਆਲ ਰੱਖਣਾ ਯਾਰ ਉਹਨਾਂ ਨੇ ਹੋਰ ਨਹੀਂ ਆਪਦੀ ਸਿਹਤ ਦਾ ਨਹੀਂ ਜਾਂ ਹੋਰ ਨਹੀਂ ਕੋਈ ਸਿਰਫ ਕਿਸਾਨਾਂ ਦੀ ਉਹਨਾਂ ਦੀ ਗੱਲ ਕੀਤੀ ਹੈ ਮੇਰੇ ਕੋਲ ਇਹ ਖੱਟਰ ਦੇ ਸ਼ਬਦ ਆ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਹਰਿਆਣੇ ਦੇ ਇਹ ਰਮਨ ਸਾਹਿਬ ਗੱਲ ਇਦਾਂ ਵੀ ਜੋ ਅਕਾਲੀ ਸਰਕਾਰ ਸਮੇਂ ਕਿਸਾਨਾਂ ਦੇ ਲੀਡਰ ਵਜੋਂ ਕਹਿ ਸਕਦੇ ਉਹਨਾਂ ਨੇ ਜੋ ਕਿਸਾਨੀ ਲਈ ਪਿੰਡਾਂ ਲਈ ਕੰਮ ਕੀਤਾ ਅੱਜ ਤੱਕ ਕਿਸੇ ਲੀਡਰ ਦੇ ਹਿੱਸੇ ਨਹੀਂ ਆਇਆ ਉਹਨਾਂ ਨੇ ਫੋਕਲ ਪੁਆਇੰਟ ਬਣਾਏ ਫੋਕਲ ਪੁਆਇੰਟਾਂ 'ਚ ਵੈਟਨਰੀ ਹਸਪੀਟਲ ਡਿਸਪੈਂਸਰੀਆਂ ਜੋ ਸਟਰਕਚਰ ਪਿੰਡਾਂ ਨੂੰ ਦਿੱਤਾ ਅੱਜ ਉਸ ਤੋਂ ਬਾਅਦ ਕੁਛ ਵੀ ਨਵਾਂ ਨਹੀਂ ਬਣਿਆ ਉਹ ਮੰਡੀਆਂ ਲਹਿਰਾਂ ਦੇ ਖਾਲੇ ਔਰ ਟਰੈਕਟਰ ਟਰਾਲੀ ਸਾਡੀ ਇਹਨੂੰ ਗੱਡੇ ਦਾ ਦਰਜਾ ਇਹ ਬਾਲ ਸਾਹਿਬ ਦੀ ਦੇਣ ਇਹ ਚੀਜ਼ਾਂ ਜਿੰਨੇ ਫੋਕਲ ਪੁਆਇੰਟ ਆ ਤੁਸੀਂ ਪਿੰਡ ਪਿੰਡ ਜਾਓ ਚਲੋ ਕਿਤੇ ਨਹੀਂ ਸਾਂਭੇ ਸਰਕਾਰਾਂ ਬਲਦੀਆਂ ਨੇ ਉਹਨਾਂ ਚੀਜ਼ਾਂ ਦੇ ਅੱਜ ਵੀ ਵੱਡੇ ਪੱਧਰ ਤੇ ਸਾਰੇ ਕਿਸਾਨ ਫਸਲ 4-4, 5-5 ਕਿਲੋਮੀਟਰ ਤੇ 6 ਕਿਲੋਮੀਟਰ ਤੇ ਮੇਰੇ ਖਿਆਲ ਮੰਡੀਆਂ ਤੇ ਜਿੱਥੇ ਫੋਕਲ ਪੁਆਇੰਟ ਬਣੇ ਆ ਉੱਥੇ ਲੋਕਾਂ ਨੂੰ ਬੜੀ ਵੱਡੀ ਸਹੂਲਤ ਮਿਲੀ ਬੜਾ ਰੁਜ਼ਗਾਰ ਵੀ ਮਿਲਿਆ ਜਿਹੜੇ ਕਾਮਯਾਬ ਤੇ ਲੋਕ ਅੱਜ ਵੀ ਫਾਇਦਾ ਉਠਾ ਬਾਕੀ ਆ ਜਿਵੇਂ ਹੁਣ ਆਪਾਂ ਗੱਲ ਕਰ ਲਈਏ ਆ ਜਿਹੜੀ ਗਰੀਬਾਂ ਵਾਸਤੇ ਆਟਾ ਦਾਲ ਦੀ ਸਕੀਮ ਹੋ ਗਈ ਗਰੀਬਾਂ ਦੀਆਂ ਜਿਹੜੀਆਂ ਸ਼ਾਦੀਆਂ ਵਾਸਤੇ ਜਿਹੜੇ ਸਗਨ ਸਕੀਮ ਸ਼ੁਰੂ ਕੀਤੀ ਬਿਜਲੀ ਦੇ ਬਿੱਲਾਂ ਕਾਫੀ ਜਿਹੜੀਆਂ ਸਾਰੀਆਂ ਜੋ ਭਲਾਈ ਦੀਆਂ ਸਕੀਮਾਂ ਉਹ ਬਾਲ ਸਾਹਿਬ ਦੇ ਹਿੱਸੇ ਆਈਆਂ ਉਹਨਾਂ ਨੇ ਪਹਿਲ ਕਦਮੀ ਕੀਤੀ ਉਹਨਾਂ ਨੇ ਸ਼ੁਰੂ ਕੀਤੀ ਕਿਉਂਕਿ ਉਹ ਪਿੰਡਾਂ 'ਚ ਜਾਣਦੇ ਸੀ ਇਸ ਚੀਜ਼ ਨੂੰ ਤੇ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲੇ ਤੇ ਪਰ ਉਹਨਾਂ ਨੇ ਨਾ ਜਿਹੜੀ ਚੀਜ਼ ਮੈਂ ਸਮਝਦਾ ਵੀ ਉਹਨਾਂ 'ਚ ਨਿਮਰਤਾ ਸੀ ਹਲੀਮੀ ਸੀ ਉਹ ਤਾਂ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਵੀ ਇੰਨੀ ਹਲੀਮੀ ਇੰਨੀ ਨਿਮਰਤਾ ਆਪਾਂ ਤਾਂ ਬਹੁਤ ਦੂਰ ਹਾਂ ਬਾਦਸ਼ਾਹ ਜੀ ਪਰ ਬਹੁਤ ਵੱਡੀ ਗੱਲ ਹੈ ਜੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਆਪਦੀਆਂ ਤਸਵੀਰਾਂ ਸਾਂਝੀਆਂ ਬਾਲ ਸਾਹਿਬ ਦੇ ਨਾਲ ਕਰਕੇ ਇਹ ਗੱਲ ਕਹਿੰਦੇ ਕਿ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਮੈਂ ਬਹੁਤ ਕੁਝ ਸਿੱਖਣਾ ਸੀ ਜੋ ਅਧੂਰਾ ਰਹਿ ਗਿਆ ਅੱਜ ਮੈਂ ਕੱਲ ਪੰਜਾਬੀ ਟ੍ਰਿਬਿਊਨ 'ਚ ਲੇਖ ਸੀਗਾ ਤੇ ਉਹਦੇ 'ਚ ਉਹਨਾਂ ਨੇ ਇੱਕ ਜ਼ਿਕਰ ਵੀ ਕੀਤਾ ਵੀ ਮੈਂ ਜਦੋਂ ਬਹੁਤ ਛੋਟਾ ਜਿਹਾ ਕਾਰਜ ਕਰਤਾ ਸੀ ਤੇ ਬਾਲ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਸਹੁੰ ਚੁੱਕਣੀ ਸੀ ਤੇ ਮੈਂ ਇੱਕ ਰੈਸਟ ਹਾਊਸ ਸਹਿਰਿਆ ਹੋਇਆ ਜੀ ਤੇ ਉਹਨਾਂ ਨੇ ਪਹਿਲਾਂ ਕੀਤਾ ਸੀ ਆਪਾਂ ਇਕੱਠੇ ਚੱਲਾਂਗੇ ਅੰਮ੍ਰਿਤਸਰ ਸਾਹਿਬ ਤੇ ਮੈਨੂੰ ਉਹਨਾਂ ਨੇ ਆਂਦੇ ਆਪ ਕਮਰੇ 'ਚ ਆਏ ਤੇ ਮੇਰਾ ਸਮਾਨ ਆਪ ਚੁੱਕ ਕੇ ਨਾਲ ਲੈ ਗਏ ਤੇ ਮੈਨੂੰ ਨਾਲ ਠਹਿਰਾਇਆ ਤੇ ਉਹ 'ਚ ਇਹ ਵੀ ਜ਼ਿਕਰ ਸੀ ਵੀ ਜਦੋਂ ਮੈਂ ਮੋਦੀ ਜੀ ਲਿਖਦੇ ਆ ਵੀ ਮੈਂ ਮੁੱਖ ਮੰਤਰੀ ਬਣਿਆ ਗੁਜਰਾਤ ਦਾ ਤੇ ਜੋ ਇਰੀਗੇਸ਼ਨ ਨਾਲ ਸੰਬੰਧਿਤ ਖੇਤੀ ਨਾਲ ਸੰਬੰਧਿਤ ਜਿਹੜੀਆਂ ਵੀ ਉਹਨਾਂ ਨੇ ਏਡੀਆਂ ਸਕੀਮਾਂ ਸੀ ਉਹਨਾਂ ਦਾ ਲਾਭ ਲੈ ਕੇ ਮੈਂ ਗੁਜਰਾਤ 'ਚ ਬੜੇ ਵੱਡੇ ਪੱਧਰ 'ਤੇ ਕੰਮ ਕੀਤੇ ਉਹ ਸਾਰੀ ਜਿਹੜੀ ਸੀ ਮੈਨੂੰ ਬਾਲ ਸਾਹਿਬ ਤੋਂ ਹੀ ਮਿਲੀ ਸਿੱਖਿਆ ਅਤੇ ਉਹਨਾਂ ਨੇ ਉਹ ਗੇਰ ਗਊਆਂ ਦੀ ਵੀ ਗੱਲ ਕੀਤੀ ਕਿ ਉਹਨਾਂ ਦਾ ਪਿਆਰ ਸੀਗਾ ਜਾਨਵਰਾਂ ਨਾਲ ਹਰ ਚੀਜ਼ ਨਾਲ ਉਹ ਪਿਆਰ ਰੱਖਦੇ ਸੀ ਮੈਂ ਉਹਨਾਂ ਨੂੰ 5 ਗਊਆਂ ਵੀ ਉੱਥੋਂ ਭੇਟ ਕੀਤੀਆਂ ਗੁਜਰਾਤ ਦੀਆਂ ਅਤੇ ਗੁਜਰਾਤ ਦੇ ਲੋਕ ਦੁੱਧ ਪੀਂਦੇ ਆ ਉਸ ਕਰਕੇ ਉਹ ਵੀ ਕੱਲ੍ਹ ਪੰਜਾਬੀ ਟ੍ਰਿਬਿਊਨ 'ਚ ਮੈਂ ਲੇਖ ਪੜਿਆ ਸੀ ਉਹਨਾਂ ਨੇ ਕਾਫੀ ਜ਼ਿਕਰ ਕੀਤੇ ਆ ਬਾਲ ਸਾਹਿਬ ਨਾਲ ਉਹਦੀਆਂ ਸਾਂਝਾਂ ਦੇ ਧਾਲੀਵਾਲ ਸਾਹਿਬ ਰਾਜਨੀਤੀ ਦਾ ਕਿੰਨਾ ਕੁ ਫਰਕ ਮੰਨਦੇ ਹੋ ਬਾਦਲ ਸਾਹਿਬ ਦੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ ਕਿਉਂਕਿ ਬਾਦਲ ਸਾਹਿਬ ਦੇ ਤਾਂ ਤੁਸੀਂ ਸੁਣਿਆ ਵੀ ਉਹਨਾਂ ਦੇ ਕਿੰਨੇ ਮਿੱਠੜੇ ਬੋਲ ਸੀਗੇ ਉਹਨਾਂ ਦੀ ਰਾਜਨੀਤੀ ਕਿਸ ਤਰੀਕੇ ਦੀ ਸੀਗੀ ਹੁਣ ਤਾਂ ਜਿਹੜੀ ਰਾਜਨੀਤੀ ਇੱਕ ਦੂਜੇ ਦੇ ਪਰਿਵਾਰਾਂ ਤੱਕ ਪਹੁੰਚ ਗਈ ਨਿੱਜੀ ਤੌਰ ਤੇ ਜਿਹੜੇ ਵਾਰ ਕਰਨ ਲੱਗ ਪਏ ਦੇਖੋ ਰਾਜਨੀਤੀ ਜਿਹੜੀ ਹੈ ਨਾ ਨਿੱਜੀ ਤੌਰ ਤੇ ਇਹ ਮਾੜੀ ਹੈ ਇਹਦੇ ਨਾਲ ਵਿਕਾਸ ਰੁਕਦਾ ਧਿਆਨ ਵੰਡਿਆ ਜਾਂਦਾ ਕੇਰਾਂ ਤਾਂ ਚਟਕਾਰੇ ਵਾਲੀਆਂ ਖਬਰਾਂ ਵਧੀਆ ਲੱਗਦੀਆਂ ਸਾਰੇ ਪੜ੍ਹਦੇ ਆ ਵੀ ਬੜਾ ਕੁਛ ਹੋ ਗਿਆ ਪਰ ਇਹਦੇ ਨਾਲ ਮੈਂ ਸਮਝਦਾ ਵੀ ਇਹ ਕੋਈ ਚੰਗਾ ਕਦਮ ਨਹੀਂ ਜੇ ਕਿਸੇ ਨੇ ਕਰਤਾ ਉਹਨੂੰ ਭੁੱਲ ਕੇ ਅੱਗੇ ਵਾਸਤੇ ਪੰਜਾਬ ਦੇ ਭਲੇ ਲਈ ਸਾਰਿਆਂ ਨੂੰ ਕੁਛ ਕਰਨਾ ਚਾਹੀਦਾ ਜਿਹਦੇ 'ਚ ਉਹਨਾਂ ਦਾ ਵੀ ਕੋਈ ਸਾਬਤ ਹੋਵੇ ਵੀ ਸਾਡੇ ਹਿੱਸੇ ਵੀ ਕੁਛ ਆਇਆ ਅਸੀਂ ਵੀ ਕੁਛ ਕਰ ਸਕੇ ਜਿਵੇਂ ਬਾਲ ਸਾਹਿਬ ਦੇ ਜਾਣ ਤੋਂ ਬਾਅਦ ਉਹ ਲੋਕ ਨਾਲ ਲੈਂਦੇ ਯਾਦ ਕਰ ਕੁਛ ਕੰਮ ਹਾਂ ਇਨਸਾਨ ਕੋਈ ਮਤਲਬ ਹੁੰਦਾ ਨਹੀਂ ਪੂਰਾ ਪਰ ਜਿੰਨਾ ਕੁ ਉਹਨਾਂ ਨੇ ਕੀਤਾ ਉਹਨਾਂ ਦੀ ਮਤਲਬ ਜ਼ਿੰਦਗੀ ਦਾ ਮੈਂ ਸਮਝਦਾ ਵੀ ਹੋਰ ਆਪਣੇ ਪੰਜਾਬ ਦੇ ਵਿੱਚ ਜਿਵੇਂ ਮੈਂ ਉਹਨਾਂ ਉਹਨਾਂ ਦੀ ਪੁਰਾਣੀ ਸੈਸ਼ਨ ਦੀ ਇੱਕ ਵੀਡੀਓ ਵੇਖ ਰਿਹਾ ਸੀਗਾ ਮੁੱਖ ਮੰਤਰੀ ਪੰਜਾਬ ਸੀ ਉਹ ਤੇ ਉਹਦੇ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੈਠੇ ਸੀ ਜਿਵੇਂ ਆਪਣੇ ਸਾਬਕਾ ਉਪ ਮੁੱਖ ਮੰਤਰੀ ਹੈ ਰੰਧਾਵਾ ਹੋ ਗਿਆ ਹੋਰ ਹੋ ਗਿਆ ਉਹ ਜਦੋਂ ਅੱਗੇ ਆਪਦੇ ਸਵਾਲ ਕਰਦੇ ਸੀ ਉਹਨਾਂ ਨਾਲ ਬੜਾ ਵਧੀਆ ਢੰਗ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਪੇਸ਼ ਆ ਰਹੇ ਸੀ ਉਹਨਾਂ ਨੂੰ ਕਹਿ ਰਹੇ ਸੀ ਯਾਰ
तेरा दादा भी तेरा प्यो यार असं कट्ठे चाह पानी पीते रहे हैं, तू ऐ कही जाना तू ऐ करी जाना, तुम मैनू दसो मैं तो नाल यार मैं बैठा है, जो मर्जी मैं काम कराओ हूँ अजकल का तो यार बहुत फर्क पै गया। बिल्कुल जी बिल्कुल बहुत फर्क पै गया थले पद्धर ते बोल मैनू नहीं लगता कोई हुण मुख्यमंत्री कोई ऐ पेश आऊगा। बहुत ज्यादा फर्क पै गया, बहुत ज्यादा फर्क पै गया। राजनीति का चलो ये पद्धर भी फर्क पै गया, राजनीति के तौर तरीके भी बदल गए, विचरण का ढंग भी बदल गया, प्रैक्टिकल भी बदल गया। हुण राजनीति वास्ते राजनेतावां नूं वर्करां तो थले ग्राउंड पद्धर तो डाउन टू अर्थ बंदियां तो रह ना लैके स्ट्रेटजिस्ट बंदियां कोले उन्हां दीआं फीसां भर के उन्हां मुताबक फलैक्सां दी राजनीति हो गई, होर तो राजनीति का तो सारा कुछ ही बदल गया। ते पर मैं समझदा वी राजनीति अजे पिंडां दे लोक उही चाहुंदे आ जमीन ना जुड़ी राजनीति हो, जिहड़ा बंदा जमीन ना जुड़ी राजनीति करदा ते प्रैक्टिकल राजनीति करदा उहदे नफे नुकसान वेंदा ते उह बंदियां दी कदर करदा वर्करां दी कदर करदा सदा किसी ते नहीं हुंदा, उह बंदा कदे भी फेल नहीं हुंदा राजनीति। पर बलजिंदर एक गल तां जरूर देखण नूं मिली है, भावें कि उह धार्मिक दे नाल जुड़िया होवे जां किसी होर वर्ग दे नाल जुड़िया होवे, कोई भी चंगी महान हस्ती इस दुनिया तों गई है कट जरूर होंगे, पर जो प्रकाश सिंह बादल के नाल जो लोगों ने आके दुख साझा किया उन्होंने घर पहुंची है जां मोहाली पहुंची है, मैंने लगता जोड़े लोग लगता सी यार भी ये तो बादल नूं जिवें कह दे आपां यार मैं तेरी मकान में नहीं जाना जा, वो लोगों ने आके भी जो दुख साझा किया ये पहली बार देखने को मिले, कोई भी जो व्यक्ति मैनू लगता नहीं रहा होगा वड्डे तो वड्डा छोटे तो छोटा। नहीं बिल्कुल जी, उत्थे तो मैं आप गया, बहुत वड्डा कट सी, कट भी की कह सकते, कट के कहने वाले जदों तो चंडीगढ़ चो थले रस्ते च आपां टीवी ते भी सारिआं ने देखिआ कोई बंदा नहीं, पर बाद च वेखो उह चीज़ कह देणी आसान है जदों आपां किते उहनूं आपां इहनूं की कह लो सिठणी दे तौर ते कह दिंदे, किते गर्मी दे लहिजे च कह दिंदे, पर जदों इंसान चला जांदा ना फिर साडा अंदरला मन उस बंदे दा उहनूं सवाल करदा वी हाँ यार आपां किते खड़े आ ते उहनां दी शख्सियत की सी, ते फिर उह चीज़ सारी छोटी पै जांदी। इस करके बाल साहब दा जिहड़ा ना सुभाअ सी, विचरण दा तौर तरीका सी, मिलवर्तन सी, उह चीज़ां फिर सारिआं कोले उहनां दे मुकाबले पाउणी आ। बहुत वड्डी गल आ जदों पंज वार मुख्यमंत्री रहिणा या दस तों बारां वार MLA रहना बड़ी लोकां दे नाल विचरना, क्योंकि अजकल तां इक वारी MLA बन गया दूजी वार बहुत औखा हो जांदा बनना। बिल्कुल जी, उह आप विचरदे सी, आप मिलदे सी, आप सारा करते सी, गिदड़ वे इलेक्शन जिन्ना देखे शाम को आप मीटिंग करते सी अपने डिम्पी ढिल्लों साहब की कोठी वो टौड़ा साहब भी होंदे सी, ते सारे मनतार सिंह बराड़ सी शाम को मीटिंग उत्ते जांदे होंदे सी, उन्हां दा काम करन दा तरीका, उन्हां दा विचरन दा तरीका, उन्हां दा सत्कार देन दा तरीका, उन्हां दा गलबात करन दा तरीका, ਉਹ ਬਹੁਤ ਉਹਨਾਂ ਤੋਂ ਤਾਂ ਸੁਣਾਈ ਤੁਸੀਂ ਬਾਦਲ ਸਾਹਿਬ ਦੇ ਬੰਦੇ ਬਹੁਤ ਦੂਰ ਆ। ਧੰਨਵਾਦ ਸਾਹਿਬ, ਤੁਸੀਂ ਬਾਦਲ ਸਾਹਿਬ ਦੇ ਨਾਲ ਕਿਤੇ ਵਰਕ ਕੀਤਾ ਇਲੈਕਸ਼ਨ ਦੇ ਵਿੱਚ ਜਾਂ ਜਿਵੇਂ ਕਿਤੇ ਜਿਮਨੀ ਚੋਣ ਆ ਗਈ ਤੁਹਾਨੂੰ ਇਹ ਜਿਹਾ ਮੌਕਾ ਮਿਲਿਆ ਹੋਵੇ ਬਾਦਲ ਸਾਹਿਬ ਦੇ ਨਾਲ ਜਾ ਕੇ ਜਿਹੜਾ ਵਰਕ ਕਰਨ ਦਾ ਮੌਕਾ ਮਿਲਿਆ? ਬਿਲਕੁਲ ਮਿਲਿਆ ਜੀ, ਅਸੀਂ ਸੂਰੇ ਵਾਲਾ ਵਾੜਾ ਕਿਸ਼ਨਪੁਰਾ ਪਿੰਡ ਬਾਦਲ ਸਾਹਿਬ ਦੇ ਨਾਲ ਤੁਰ ਕੇ ਕੱਢਿਆ, ਪਤਾ ਨਹੀਂ ਕਿੰਨੇ ਘਰਾਂ 'ਚ ਬਾਦਲ ਸਾਹਿਬ ਦੇ ਨਾਲ ਗਏ ਸੀ। ਉਦੋਂ ਕੀ ਵੱਖਰੀ ਕੋਈ ਯਾਦ? ਵੱਖਰੀ ਐਂ ਲੱਗਦਾ ਸੀ ਵੀ ਆਰਾਮ ਨਾਲ ਬਹਿ ਜਾਂਦੇ ਸੀ ਜਾ ਕੇ ਤੇ ਅਗਲਾ ਲਿਆਉਂਦਾ ਸੀ ਉਹ ਸਟੀਲ ਦਾ ਗਲਾਸ ਜਾਂ ਪਿੱਤਲ ਦਾ ਗਲਾਸ, ਉਹ ਨਹੀਂ ਕਾਕੇ ਨਹੀਂ ਕਾਕੇ ਬੱਲੀ ਸਰਦਾਰ ਜੀ ਨਹੀਂ ਉਹਨੂੰ ਲਓ 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 ਬਸ ਲਓ ਉਹੀ ਚੀਜ਼ ਖਾਣੀ ਤੁਸੀਂ ਮੰਨਣਾ ਨਹੀਂ, ਅਸੀਂ ਆਪ ਪੀਤੀ ਵੀ ਖਾਣਾ ਕਿਵੇਂ ਯਾਰ ਧੰਨ ਬਾਖਣਾ ਯਾਰ ਮੈਂ ਮਤਲਬ ਕੋਈ ਇਹ ਜੀ ਯਾਦ ਹੈਗੀ ਤੁਹਾਡੇ ਮਨ ਦੇ ਵਿੱਚ ਜਿਹੜੀ ਅੱਜ ਵੀ ਯਾਦ ਆ ਰਹੀ ਹੈ ਬਾਲ ਸਾਹਿਬ ਦੇ ਨਾਲ? ਨਹੀਂ ਉਹਨਾਂ ਦਾ ਆਹੀ ਹੈ ਵੀ ਮਤਲਬ ਉਹਨਾਂ ਬੰਦੇ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ, ਚਾਹੇ ਉਹ ਕਿਸੇ ਗਰੀਬ ਪਰਿਵਾਰ ਦੇ ਘਰੇ ਗਏ ਆ ਕਿਸੇ ਤਕੜੇ ਦੇ ਗਏ ਲੈ ਲਓ, ਉਹਨਾਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੇ ਸੀ, ਸਤਿਕਾਰ 'ਚ ਨਹੀਂ ਕਮੀ ਆਉਣ ਦਿੰਦੇ ਸੀ, ਸਤਿਕਾਰ ਬਹੁਤ ਕਰਦੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਬਲਜਿੰਦਰ ਸਿੰਘ ਧਾਲੀਵਾਲ, ਤਾਂ ਜਿਵੇਂ ਇਹਨਾਂ ਦਾ ਪੂਰਾ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜਾ ਰਿਹਾ ਹੈ, ਉਹਨਾਂ ਦੇ ਨਾਲ ਹਰ ਵਕਤ ਹੈ ਜਿਹੜਾ ਇਹਨਾਂ ਨੇ ਰਾਜਨੀਤੀ ਦੇ ਤੌਰ 'ਤੇ ਜਿਹੜਾ ਗੁਜ਼ਰਿਆ, ਤਾਂ ਬੜੀ ਜਿਹੜੀਆਂ ਹਰ ਬਰੀਕੀਆਂ ਦੱਸੀਆਂ ਕਿ ਬਾਦਲ ਸਾਹਿਬ ਦਾ ਸੁਭਾਅ ਕਿਸ ਤਰੀਕੇ ਦਾ ਸੀਗਾ, ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਵਿਚਰਦੇ ਹੁੰਦੇ ਸੀਗੇ, ਕਿਉਂਕਿ ਜਦੋਂ ਛੋਟੇ ਹੁੰਦੇ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜਾ ਇਹਨਾਂ ਨੇ ਜਿਹੜਾ ਕਾਫੀ ਵਰਕ ਕੀਤਾ, ਆਪਦੇ ਦਾਦਾ ਜੀ ਦੇ ਨਾਲ ਜਾਂਦੇ ਹੁੰਦੇ ਸੀਗੇ, ਤਾਂ ਉਹ ਗੱਲਾਂ ਜਿਹੜੀਆਂ ਅੱਜ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਕਿ ਬਾਦਲ ਸਾਹਿਬ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਸੀਗੇ, ਤਾਂ ਉਸਦੀ ਜਿਹੜੀ ਸੋਚ ਕਿਸ ਤਰੀਕੇ ਦੀ, ਕਿਵੇਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ, ਕੀ ਉਹਨਾਂ ਦੀ ਖੁਰਾਕ ਸੀ, ਕੀ ਖਾਣਾ ਪੀਣਾ ਸੀਗਾ, ਸਾਰੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਪੁਰਾਣੀ ਅਤੇ ਅੱਜ ਦੀ ਰਾਜਨੀਤੀ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ। ਤਾਂ 4 ਮਈ ਨੂੰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੀ ਅੰਤਿਮ ਅਰਦਾਸ ਆ ਉਹਨਾਂ ਦੇ ਪਿੰਡ ਹੀ ਹੋਣੀ ਆ, ਤੁਸੀਂ ਦੇਖਿਆ ਹੈ ਕਿ ਜਦੋਂ ਉਹਨਾਂ ਦੀ ਅੰਤਿਮ ਜਿਹੜੇ ਸੰਸਕਾਰ ਹੁੰਦੇ ਆ ਉਸ ਵਕਤ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚਦੇ ਆ, ਧਾਰਮਿਕ ਹੋਣ ਆਪਣਾ ਰਾਜਨੀਤਿਕ ਲੋਕ ਹੋਣ ਵਿਰੋਧੀ ਹੋਣ, ਉਹ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਦੁੱਖ ਸਾਂਝਾ ਕਰਦੇ ਆ। ਹੋਰ ਵੀ ਤੁਸੀਂ ਜਿਹੜੀਆਂ ਤਮਾਮ ਪੰਜਾਬ ਦੇ ਲੋਕਾਂ ਦੀਆਂ ਖਬਰਾਂ ਸੁਣਦੇ ਹੋਵੋਗੇ, ਗੱਲਾਂ ਬਾਤਾਂ ਸੁਣਦੇ ਹੋਵੋਗੇ,
कि उन्होंने बादल के नाल विचरना किस तरीके का रहा, राजनीति का होता तो हम की राजनीति का, जमीन समान का क्या जा रहा कि फर्क पै चुका है। गुरजीत सिंह रमाणा, D5 चैनल पंजाबी, फरीदकोट। निडर हाँ, निरपक्ष रहांगे, आजाद हाँ, सच कहांगे, गल करांगे सियासी हवा दी, होणगे हुकमराना नूं सिद्धे सवाल, सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सबर, विदेशां च बैठे पंजाबियां दे हक दी करांगे गल, कैनेडा दी हर सियासी खबर लेके आवांगे तुहाडे वल, उभरांगे पंजाब दी आवाज बन के, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।